ਪਟਵਾਰ ਯੂਨੀਅਨ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਉਹ ਪ੍ਰਦਰਸ਼ਨ ਕੀਤਾ ਗਿਆ ਔਰ ਉਹਨਾਂ ਨੇ ਰੋਸ ਜਿਹੜਾ ਹੈ ਉਹ ਪ੍ਰਗਟਾਇਆ ਉਹਨਾਂ ਨੇ ਰੋਸ ਪ੍ਰਗਟਾਉਂਦਿਆ ਹੋਇਆ ਕਿਹਾ ਹੈ ਕਿ ਜਿਹੜੀਆਂ ਪਟਵਾਰੀ ਦੀਆਂ ਪੋਸਟਾਂ ਘਟਾਈਆਂ ਗਈਆਂ ਨੇ ਜਿਹੜੀਆਂ ਖਤਮ ਕੀਤੀਆਂ ਗਈਆਂ ਨੇ ਇਹ ਸਰਾਸਰ ਗਲਤ ਹੈ ਇਸ ਤੋਂ ਪਹਿਲਾਂ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਬਾਜਵਾਹੂਰਾ ਨੇ ਵੀ ਇਸ ਦਾ ਵਿਰੋਧ ਕੀਤਾ ਸੀ ਪਟਵਾਰੀਆਂ ਦੀ ਪੋਸਟਾਂ ਖਤਮ ਕਰਨ ਦੇ ਮਾਮਲੇ 'ਚ ਇਹ ਰੋਸ ਜਿਹੜਾ ਹੈ ਉਹ ਕੀਤਾ ਗਿਆ ਔਰ ਰੋਸ ਵਜੋਂ ਪਟਵਾਰੀਆਂ ਵੱਲੋਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾਡੀਆਂ ਗਈਆਂ ਨੇ ਪਟਵਾਰੀਆਂ ਨੇ ਕਿਹਾ ਬਦਲਾਅ ਨੂੰ ਲੈ ਕੇ ਵੋਟਾਂ ਪਾਈਆਂ ਸੀ ਪਰ ਲੱਗ ਨਹੀਂ ਰਿਹਾ ਕਿ ਪੰਜਾਬ ਸਰਕਾਰ ਪੰਜਾਬ ਤੋਂ ਚੱਲ ਰਹੀ ਹੈ ਆਪ ਸਰਕਾਰ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾਡੀਆਂ ਪੰਜਾਬ ਸਰਕਾਰ ਨੇ ਆਉਣ ਤੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਅਸੀਂ ਰੁਜ਼ਗਾਰ ਦੀਆਂ ਨਵੀਆਂ ਅਸਾਮੀਆਂ ਪੈਦਾ ਕਰਾਂਗੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਾਂਗੇ ਪਰ ਅਸਲ ਦੇ ਵਿੱਚ ਹੋਇਆ ਕਿ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ 4716 ਪੋਸਟਾਂ ਪਟਵਾਰੀਆਂ ਦੀਆਂ ਮੌਜੂਦ ਸਨ ਉਹਨਾਂ ਨੂੰ ਘਟਾ ਕੇ 3660 ਪੋਸਟਾਂ ਇਹਨਾਂ ਨੇ ਕਰ ਦਿੱਤੀਆਂ ਜਿਦੇ ਨਾਲ ਰੁਜ਼ਗਾਰ ਦੇ ਜਿਹੜੇ ਸਾਧਨ ਨਵੇਂ ਆਉਣੇ ਸੀ ਉਹ ਵੀ ਖਤਮ ਕਰ ਦਿੱਤੇ ਗਏ ਨੇ ਜਦੋਂ 92-93 ਦੇ ਵਿੱਚ ਜ਼ਿਲ੍ਹੇ ਬਣੇ ਸੀ 13 ਜ਼ਿਲ੍ਹੇ ਸੀ ਜਾਂ 12 ਜ਼ਿਲ੍ਹੇ ਜੋ 12 ਡੀਸੀਆਂ ਦਾ ਕੰਮ ਚੱਲਦਾ ਸੀ ਪੰਜਾਬ ਦਾ ਆ ਜ਼ਿਲ੍ਹੇ 22 23 ਬਣਾਤੇ ਡੀਸੀ ਇੰਨੇ ਹੋ ਗਏ ਇਹ ਵੀ ਕੱਟ ਕਰ ਦਿਓ ਐਮਐਲਏ ਸਾਨੂੰ ਇੰਨੇ ਰੱਖਣ ਦੀ ਲੋੜ ਆ 117 113 ਕੀ ਰੱਖਣ ਦੀ ਲੋੜ ਆ ਕੱਟ ਕਰੋ ਇਹਨਾਂ ਨੂੰ ਇਹ ਕਿਉਂ ਜਨਤਾ ਦੇ ਉੱਤੇ ਬੋਝ ਪਾਇਆ ਇਹ ਜਿਹੜਾ ਬੋਝ ਜਨਤਾ ਦੇ ਉੱਤੇ ਨਹੀਂ ਕਿ ਇਹਨਾਂ ਦੀਆਂ ਤਨਖਾਹਾਂ ਬੋਝ ਨਹੀਂ ਇਹਨਾਂ ਨਾਲ ਲਾਮ ਲਸ਼ਕਰ ਨਾਲ ਲੈ ਕੇ ਚੱਲਦੇ ਆ ਇਹ ਇਹਨਾਂ ਦਾ ਜੇ ਮੁਲਾਜ਼ਮੇਕ ਕੰਮ ਕਰਦਾ ਤੇ ਉਹ ਬੋਝ ਆ ਸਰਕਾਰ ਦੇ ਉੱਤੇ